स्वागत है किसान वीरो तुहाडा सिरक डेयरी फार्मिंग दे विच। किसान वीरो अज जिहड़ी वीडियो बना रहे हैं पिंड सुखण वाला जिला इहनू फरीदकोट पैंदा ते फरीदकोट तो दसो जिहड़ा नवें किले वाला रोड है वह सुखण वाले विच दी अगे डोक भंगे वाले नू सीर वाली नू निकलदा है। जिहड़े घर चों वीडियो बना रहे हैं दसो वीर एक जॉब करदा ते नाल नाल पशु पालन दा काम भी है नाल घरां दे विच जिवें पशु रखे हुंदे उवें बाई कोल कुछ कु पशु रखे है जिन्हां दे विचों अज इक मझ वकाऊ है गभण है दिन लैंदी है जे सून च जिहनूं पसंद आऊ खरीदनी उहने डिटेल इहदे बारे बाई तों मैं पुछ दूंगा सो आ के तुसीं आपदी तसल्ली ना खरीदो डिटेल आओ इहदे बारे पुछिए बाद च तुहानूं तोर के दिखाउंदे आ। बाई सत श्री अकाल। नाम दस्सो बीटी अपना। बिट्टू शर्मा जी। ठीक है बिट्टू बाई अज जिहड़ी मझ आपां वेचनी है ਕਿੰਨਵਾਂ ਸੂਆ ਸੂਗੀ? ਇਹ ਦੂਜੇ ਸੂਏ ਸੂਗੀ। ਕਿੰਨੇ ਦਿਨ ਲੈ ਜੂਗੀ? ਇਹ 4-5 ਦਿਨ ਲੈ ਜੂਗੀ। 4-5 ਦਿਨ ਹਜੇ ਪੂਰੇ ਹੈ ਜਿਹੜੇ। ਠੀਕ ਹੈ ਕੱਲ ਨੂੰ ਦਿਨ ਪੂਰੇ ਆ ਉੱਤੇ ਜਿਹੜੇ ਦਿਨ ਲਊਗੀ ਉਹ ਵੱਖਰੇ। ਹਾਂ ਤੂੰ 4-5 ਦਿਨ ਉੱਤੇ ਲੈ। ਠੀਕ ਹੈ। ਅੱਛਾ ਬਾਈ ਦੁੱਧ ਕਿੰਨਾ ਕੁ ਚੋਂ ਦੇ ਰਹੇ ਹੋ ਪਿਛਲੇ? ਦੁੱਧ ਪਿਛਲੇ ਮਹੀਨੇ 16 ਲੀਟਰ ਦਿੱਤਾ ਜੀ ਇਹਨੇ ਪਿਛਲੇ ਸੂਏ ਚ। ਹਾਂਜੀ ਪਿਛਲੇ। ਠੀਕ ਹੈ। ਅੱਛਾ ਰੇਟ ਕੀ ਰੱਖਿਆ ਇਹਦਾ ਬਾਈ? ਰੇਟ ਦਾ 95,000 ਜੀ। 95,000। ਹਾਂਜੀ ਦੱਸੋ 95,000 ਰੇਟ ਹੈ ਦੂਜਾ ਸੂਆ। ਹਵਾਨਾ ਐਵੇਂ ਦੇਖੋ ਜਦੋਂ ਖੋਲਾਂਗੇ ਉਦੋਂ ਡਰੂਗੀ ਪਰ ਇਸ ਟਾਈਮ ਪੱਠੇ ਖਾ ਰਹੀ ਹੈ। ਤੁਸੀਂ ਇਹਦੇ ਹਵਾਨੇ ਨੂੰ ਚੰਗੀ ਤਰ੍ਹਾਂ ਇੱਥੋਂ ਸਮਝ ਸਕਦੇ ਹੋ। ਇੱਦਾਂ ਦਾ ਰੁੱਖ ਇਹਦੇ ਹਵਾਨੇ ਦਾ ਥਣ ਦਾ ਸਹਿਜ ਸੋਹਣਾ ਦਿਖਾਉਂਦੀ ਹੈ। ਮੁੱਢ ਵੀ ਹਵਾਨੇ ਦਾ ਚੌੜਾ ਹਜੇ ਦਹਿਣੇ ਇਸ ਮੱਝ ਨੇ ਲੈਣੇ ਆ ਉਸ ਹਿਸਾਬ 'ਤੇ ਭਰੂਗੀ। ਰੇਟ 95,000 ਦੁੱਧ ਵਾਲੀ ਮੱਝ ਆ ਬਿਨਾਂ ਸ਼ੱਕ। ਬਹਿਣੀ ਵਾਲੇ ਪਾਸੇ ਇੱਕ ਥਣ ਥੋੜ੍ਹਾ ਜਿਹਾ ਮੋਟਾ ਦਿਖਾਉਂਦੀ ਹੈ ਦੋਸਤੋ ਇਹ ਪਿਛਲਾ ਥਣ ਜਿਹੜਾ ਉਹ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖ ਲਓ ਜੇ ਖੋਲ੍ਹ ਕੇ ਤੋਰ ਦਿਓ। ਤੋਰ ਕੇ ਤੁਹਾਨੂੰ ਦਿਖਾਉਣੇ ਜੇ ਨਾ ਡਰੀ ਤਾਂ ਬਹੁਤ ਵਧੀਆ ਤਰੀਕੇ ਨਾਲ ਕੋਸ਼ਿਸ਼ ਕਰਾਂਗੇ। ਬਾਕੀ ਜਿਹੜਾ ਵੀਰ ਦੁੱਧ ਵਾਸਤੇ ਮੱਝ ਖਰੀਦਣੀ ਚਾਹੁੰਦਾ ਉਹਦੇ ਲਈ ਇਹ ਚੰਗੀ ਆਪਸ਼ਨ ਹੈਗੀ ਹੈ। ਥਣ ਸੋਹਣੇ ਹੈ ਅਤੇ ਹਵਾਨਾ ਚੰਗਾ ਹੈ ਛੋਟੀ ਕੁੱਖ ਹੈ ਕੱਦ ਕਾਠ ਵੀ ਠੀਕ ਹੈ ਦੋਸਤੋ ਸਿੰਗ ਵੀ ਜਿਹੜੇ ਉਹ ਕੁੰਡੇ ਦਿਖਾਉਂਦੀ ਹੈ। ਪਾਣੀ 'ਤੇ ਲਾ ਦੇ ਬਾਈ ਖੇਲ 'ਤੇ ਲਾ ਦੇ ਕੋਈ ਪੀ ਲੂਗੀ ਪਾਣੀ। ਸੋ ਦੱਸੋ ਇਹ ਮੱਝ ਫੋਰ ਸੇਲ ਹੈ ਪਾਣੀ ਪੀਊਗੀ ਤਾਂ ਹਵਾਨਾ ਹੋਰ ਚੰਗੀ ਤਰ੍ਹਾਂ ਉਮੀਦ ਹੈ ਤੁਹਾਨੂੰ ਦਿਖਾਊਗੀ। ਸੋ ਇੱਥੋਂ ਤੁਸੀਂ ਇਹਨੂੰ ਦੇਖ ਸਕਦੇ ਹੋ ਠੰਡੀ ਸੀਲ ਵੀ ਹੈ ਦੋਸਤੋ ਸੁਭਾਅ ਦੀ ਕੋਈ ਬਹੁਤੀ ਭੱਜ ਨੱਸ ਨਹੀਂ ਕਰਦੀ। ਇੱਥੋਂ ਤੁਸੀਂ ਹੁਣ ਇਸ ਮੱਝ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ। ਬਾਕੀ ਥਣਾਂ ਬਾਰੇ ਤੁਹਾਨੂੰ ਆਈਡੀਆ ਕਰਵਾ ਹੀ ਦਿੱਤਾ ਸੋਹਣੇ ਥਣ। ਅਗਲਾ ਥਣ ਵੀ ਚੰਗਾ ਦੁੱਧ ਵਾਲੀ ਮੱਝ ਦਾ ਪਤਾ ਥਣਾਂ ਤੋਂ ਲੱਗਣਾ ਹੁੰਦਾ। ਤੁਸੀਂ ਅਗਲੇ ਥਣ ਦਾ ਸਹਿਜ ਦੇਖ ਲਓ ਇੱਥੋਂ ਤੁਹਾਨੂੰ ਸੋਹਣਾ ਥਣ ਦਿਸੂਗਾ। ਹਜੇ ਦਿਨ ਲੈਂਦੀ ਹੈ ਤਾਂ ਉਹਦੇ ਕਰਕੇ ਹਵਾਨਾ ਹਜੇ ਨੇ ਬਣਾਉਣਾ ਹੈ ਪਰ ਹੁਣ ਵੀ ਜੇ ਦੇਖਦੇ ਹਾਂ ਤਾਂ ਤਿਆਰੀ ਸੋਹਣੀ ਫੜਦੀ ਆਉਂਦੀ ਹੈ। ਲੈ ਚੱਲ ਬਈ ਬੰਦੇ। ਸੋ ਦੱਸੋ ਇੱਕ ਹੀ ਮੱਝ ਵੀਰ ਨੇ ਵਿਕਾਊ ਕੀਤੀ ਹੈ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ। ਥੋੜ੍ਹਾ ਹੀ ਨਾ ਗਿਆ ਵੀਰ ਕੋਲ ਘਰ ਦੇ ਵਿੱਚ ਰੱਖੇ ਵੇ ਇਹਨਾਂ ਦੇ ਵਿੱਚੋਂ ਹੀ ਇਹ ਮੱਝ ਫੋਰ ਸੇਲ। ਸੋ ਧੰਨਵਾਦ ਮਿਹਰਬਾਨੀ। ਨੰਬਰ ਬਾਈ ਦਾ ਸਕਰੀਨ ਉੱਤੇ ਹੈ ਕੰਟੈਕਟ ਇਸ ਨੰਬਰ 'ਤੇ ਤੁਸੀਂ ਕਰ ਸਕਦੇ ਹੋ।